ਮੈਂ ਕਹਾਂ ਕਿ ਐਮੀ ਵਿਰਕ ਦਾ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨੂੰ ਸਪੋਰਟ ਰਹੀ ਆ, ਉਹ ਸਪੋਰਟ ਕਰਦਾ ਰਿਹਾ, ਅਤੇ ਉਹਦੀ ਫਿਲਮ ਆਨੰਦ ਵੀ ਬੈਠੇ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਵੋਟ ਕੰਮ ਕਰਦੀ ਹੈ, ਉੱਥੇ ਵੀ ਕੋਈ ਕਿਸੇ ਤਰ੍ਹਾਂ ਦਾ ਇਨਸਾਫ ਮਿਲਿਆ, ਅਤੇ ਹੁਣ ਸਾਨੂੰ ਨਹੀਂ ਲੱਗਦਾ ਕਿ ਇਸ ਦੇਸ਼ ਦੇ ਵਿੱਚ ਸਾਨੂੰ ਇਨਸਾਫ ਮਿਲੇਗਾ ਜਾਂ ਨਿਆਂ ਪ੍ਰਣਾਲੀ 'ਤੇ ਕੋਈ ਭਰੋਸਾ ਰਹੇਗਾ। ਨਕਲੀ ਕਿਸਾਨ ਹੈ ਜਿਹੜਾ ਦਿੱਲੀ ਧਰਨੇ ਤੇ ਬੈਠਦੇ ਸੀ, ਹੁਣ ਪਿੰਡਾਂ ਵਾਲੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ।
ਹੁਣ ਇਹ ਕਹਿੰਦੇ ਕਿ ਅਸਲੀ ਕਿਸਾਨ ਤਾਂ ਧਰਨੇ ਤੇ ਜਿੰਨੇ ਇਕੱਠੇ ਆ, ਪਿੰਡਾਂ ਵਾਲੇ ਨਕਲੀ ਕਿਸਾਨ, ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਲੋਕਤੰਤਰ ਲੋਕਾਂ ਦਾ, ਲੋਕਾਂ ਦੁਆਰਾ ਤੇ ਲੋਕਾਂ ਲਈ ਸ਼ਾਸਨ ਹੈ। ਤੇ ਜੇ ਲੋਕ ਸੜਕਾਂ ਤੇ ਨੇ ਤੇ ਲੋਕਾਂ ਦੀ ਗੱਲ ਤੁਹਾਨੂੰ ਮੰਨਣੀ ਪੈਣੀ ਹੈ, ਤਾਂ ਤੁਸੀਂ ਲੋਕਾਂ 'ਚ ਵੜ ਸਕਦੇ ਹੋ, ਲੋਕਾਂ 'ਚ ਬਣਨਾ ਚਾਹੁੰਦੇ ਹੋ। ਜਨਤਾ ਨੂੰ ਗੱਲ ਕਰ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਮੈਂ ਇਹੀ ਗੱਲ ਤੁਹਾਨੂੰ ਕਲੀਅਰ ਵੀ ਕਰ ਚੁੱਕਿਆ ਕਿ ਲੋਕਤੰਤਰ ਤਾਂ ਹੁਣ ਹੱਥਾਂ ਦੀ ਕਠਪੁਤਲੀ ਬਣ ਗਿਆ, ਹੁਣ ਤਾਂ ਡਿਕਟੇਟਰਸ਼ਿਪ ਬਣ ਗਈ, ਹੁਣ ਤੇ ਤਾਨਾਸ਼ਾਹੀ ਬਣ ਗਈ, ਹੁਣ ਤੇ ਇਹਨਾਂ ਦੀ ਵਨ ਮੈਨ ਆਰਮੀ ਬਣ ਕੇ ਆਪਣੇ ਮੂੰਹੋਂ ਕੱਢਿਆ ਹੋਇਆ ਹਰ ਸ਼ਬਦ ਜਿਹੜਾ ਉਹ ਪੱਕਾ ਕਰਵਾ ਦਿੰਦੇ, ਤੇ ਜਨਤਾ ਦੀ ਜਿਹੜੀ ਕਹੀ ਹੋਈ ਗੱਲ ਹੈ ਉਹਨੂੰ ਉੱਥੇ ਹੀ ਦੱਬ ਦਿੱਤਾ ਜਾਂਦਾ। ਲੋਕਤੰਤਰ ਦਾ ਖਾਤਮਾ ਹੋ ਚੁੱਕਿਆ, ਜਿਹੜਾ ਸੰਵਿਧਾਨ ਸੀ ਸੰਵਿਧਾਨ ਨੂੰ ਇੱਕ ਕਿਤਾਬ ਸਮਝ ਕੇ ਹੀ ਰੱਖ ਦਿੱਤਾ ਇਹਨਾਂ ਨੇ, ਹੁਣ ਉਹਨੂੰ ਨਾ ਖੋਲ੍ਹਿਆ ਜਾ ਰਿਹਾ, ਨਾ ਉਹਦੇ 'ਤੇ ਬਣਦੀਆਂ ਕੋਈ ਜਿਹੜੀਆਂ ਕਾਰਵਾਈਆਂ ਨੇ, ਨਾ ਉਹਨੂੰ ਲਾਗੂ ਕਰਿਆ ਜਾ ਰਿਹਾ। ਹੁਣ ਲੋਕਤੰਤਰ ਦੇ ਤਹਿਤ ਮੈਨੂੰ ਹੱਕ ਸੀ ਆਪਣਾ ਜਿਹੜਾ ਫਰੀਡਮ ਆਫ ਸਪੀਚ ਦਾ, ਕਿ ਮੈਂ ਆਪਣੇ ਅਧਿਕਾਰਾਂ ਦੇ ਲਈ ਆਪਣੇ ਹੱਕਾਂ ਦੇ ਲਈ ਬੋਲ ਸਕਾਂ, ਪਰ ਅੱਜ ਉਹ ਆਵਾਜ਼ ਨੂੰ ਦਬਾਉਣ ਦੇ ਲਈ ਵੀ ਤੁਸੀਂ ਦੇਖੋ ਭਾਰੀ ਪੁਲਿਸ ਵੱਲ ਲਾ ਕੇ ਅਤੇ ਸਾਨੂੰ ਇੱਥੇ ਜ਼ਬਰਦਸਤੀ ਰੋਕ ਕੇ ਸਾਨੂੰ ਆਪਣੀ ਗੱਲ ਤੱਕ ਨਹੀਂ ਕਹਿਣ ਦਿੱਤੀ ਜਾ ਰਹੀ। ਕੀ ਉਹ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਉਹ ਲੋਕਾਂ ਦੇ ਵਿੱਚੋਂ ਨਹੀਂ, ਇਹ ਤਾਂ ਇਹਨਾਂ ਲੋਕਾਂ ਦੇ ਵਿੱਚੋਂ ਚੁਣ ਕੇ ਗਿਆ, ਜਦੋਂ ਵੋਟਾਂ ਮੰਗਣ ਆਉਂਦੇ ਸੀ ਉਹਦੇ ਵੀ ਤਾਂ ਇਹਨਾਂ ਲੋਕਾਂ ਦੇ ਵਿੱਚ ਦੇਖ ਲਈ ਬਸ ਸਹੀ ਆ ਰਿਹਾ। ਅੱਜ ਲੋਕਾਂ ਦੇ ਖਿਲਾਫ ਤੁਸੀਂ ਜੇ ਇੱਦਾਂ ਦੀ ਕਾਰਵਾਈਆਂ ਕਰਵਾਓਗੇ ਕਿ ਤੁਸੀਂ ਲੋਕਾਂ ਦੇ ਵਿੱਚ ਆਉਣ ਦਿਓਗੇ ਨਹੀਂ ਰਹੋਗੇ। ਫਿਰ ਉਹਦੇ ਤੁਸੀਂ ਜੋ ਕਰਨਾਲ ਦੀ ਘਟਨਾ ਹੋਈ ਉਹਦੇ ਬਾਰੇ ਕੀ ਕਹੋਗੇ ਜੀ? ਅਸਲ ਦੇ ਵਿੱਚ ਇਹ ਬੁਖਲਾਹਟ ਹੈ, ਕਿਸਾਨਾਂ ਦਾ ਡਰ ਨਹੀਂ ਕਹਿ ਸਕਦੇ। ਕਿਸਾਨ ਦੇ ਹੱਥ ਦੇ ਵਿੱਚ ਆ ਪਤਲੀ ਜੀ ਛੱਡੀ ਹੈ, ਮੇਰੇ ਹੱਥ ਦੇ ਵਿੱਚ ਤਾਂ ਇੱਕ ਖਾਲੀ ਝੰਡਾ ਹੈ, ਇਹਦੇ ਨਾਲ ਅਸੀਂ ਕੀ ਕਿਸੇ ਦਾ ਕੀ ਤੋੜ ਦਾਂਗੇ, ਕੀ ਮਾਰ ਦਾਂਗੇ। ਅਸਲ ਦੇ ਵਿੱਚ ਇਹਨਾਂ ਦੀ ਬੁਖਲਾਹਟ ਹੈ, ਇਹਨਾਂ ਦਾ ਆਪਣਾ ਡਰ ਹੈ, ਕੀਤੇ ਹੋਏ ਵਾਅਦੇ ਚੱਲ ਰਹੇ ਨੇ। ਬੀਜੇਪੀ ਦਾ ਨਾਮ ਬਹੁਤ ਝੂਠੀ ਪਾਰਟੀ ਹੋ ਗਿਆ, ਇਹ ਹਰ ਗੱਲ 'ਤੇ ਝੂਠ ਬੋਲਦੇ ਆ, ਹਰ ਗੱਲ 'ਤੇ ਜੁਮਲਾਬਾਜ਼ੀ ਹੁੰਦੀ ਹੈ, ਆਪ ਵੀ ਇਹ ਮੰਨ ਜਾਂਦੇ ਆਪਣੀਆਂ ਗੱਲਾਂ 'ਚ ਕਿ ਇਹ ਤੋਂ ਜੁਮਲਾ ਥਾ, ਇਹ ਤੋਂ ਜੁਮਲਾ ਦਾ ਜੁਮਲੇਬਾਜ਼ਾਂ ਦੀ ਪਾਰਟੀ ਹੈ। ਮੈਂ ਲੋਕਾਂ ਨੂੰ ਕਹਾਂਗਾ ਕਿ ਸਰਕਾਰਾਂ ਤੋਂ ਨਾ ਆਸ ਕਰੋ, ਆਪਣੀ ਰਾਖੀ ਆਪ ਕਰੋ। ਹੁਣ ਆਪਣਾ ਜਿਹੜਾ ਅੰਨ ਦੀ ਰਾਖੀ ਵੀ ਸਾਨੂੰ ਆਪ ਕਰਨੀ ਪੈਣੀ ਹੈ, ਸਾਡੇ ਖੇਤਾਂ ਦੀ ਵੀ। ਲੋਕ ਸਾਨੂੰ ਪੁੱਛਦੇ ਆ ਕਿਆ ਬਣੇਗਾ ਕਿਸਾਨਾਂ ਦਾ, ਮੈਂ ਕਹਿੰਦਾ ਕਿਸਾਨ ਦਾ ਤਾਂ ਬਣਿਆ ਪਿਆ, ਇਕੱਲਾ ਨਮਕ ਹੈ ਜਿਹੜਾ ਕਿਸਾਨ ਆਪਣੇ ਖੇਤ ਦੇ ਵਿੱਚ ਪੈਦਾ ਨਹੀਂ ਕਰ ਸਕਦਾ, ਬਾਕੀ ਹਰ ਚੀਜ਼ ਅਸੀਂ ਆਪਣੇ ਖੇਤ ਦੇ ਵਿੱਚ ਉਗਾ ਲਾਂਗੇ। ਆਮ ਲੋਕਾਂ ਨੂੰ ਮੈਂ ਅਪੀਲ ਕਰਾਂਗਾ, ਤੁਸੀਂ ਆਪਣਾ ਸੋਚੋ, ਦੋ ਦੋ ਮਰਲਿਆਂ ਦੇ ਮਕਾਨਾਂ 'ਚ ਜਿਹੜੇ ਬੈਠੇ ਹੋ, ਕਿ ਜਦੋਂ ਅਡਾਨੀ ਅਬਾਨੀਆਂ ਦੇ ਮੌਲ ਦੇ ਵਿੱਚ ਅੱਜ ਤੁਸੀਂ ਸਬਜ਼ੀ ਵਾਲੇ ਨਾਲ 5 ਰੁਪਏ ਰੇਟ ਵੱਧ ਲਾ ਲਵੇ, ਤੁਸੀਂ ਬਾਰਗੇਨਿੰਗ ਕਰਦੇ ਹੋ ਕਿ ਪਿੱਛੇ ਵਾਲਾ ਇੰਨੇ ਦੀ ਦੇ ਰਿਹਾ ਸੀ, ਮੌਲ ਦੇ ਵਿੱਚ ਉੱਥੇ ਸਿਕਿਉਰਿਟੀ ਗਾਰਡ ਖੜਿਆ ਹੋਏਗਾ, ਪੈਕਟ ਦੇ ਉੱਪਰ ਪਰਚੀ ਲੱਗੀ ਹੋਏਗੀ ਜਿੰਨੇ ਦਾ, ਉਹਦੇ 'ਤੇ ਲਿਖ ਗਿਆ ਰੁਪਈਆ ਵੀ ਤੁਹਾਨੂੰ ਘੱਟ ਨਹੀਂ, ਜੇ ਤੁਸੀਂ ਲੈਣਾ ਤਾਂ ਲਓ, ਨਹੀਂ ਤਾਂ ਸਿਕਿਉਰਿਟੀ ਗਾਰਡ ਨੇ ਧੱਕੇ ਮਾਰ ਕੇ ਤੁਹਾਨੂੰ ਮੌਲ ਤੋਂ ਬਾਹਰ ਕਰ ਦੇਣਾ। ਤੁਹਾਨੂੰ ਉਦੋਂ ਪਤਾ ਲੱਗਣਾ ਕਿ ਕਿਸਾਨ ਕਿਉਂ ਰੁਲਦਾ ਸੀ ਸੜਕਾਂ 'ਤੇ। ਅਸੀਂ ਇਕੱਲੀ ਆਪਣੀ ਲੜਾਈ ਨਹੀਂ ਲੜ ਰਹੇ, ਅਸੀਂ ਤੁਹਾਡੇ ਹੱਕਾਂ ਦੀ ਲੜਾਈ ਲੜ ਰਹੇ ਹਾਂ, ਤੁਹਾਡੀ ਰੋਟੀ ਦੀ ਲੜਾਈ ਲੜ ਰਹੇ ਹਾਂ, ਤੁਹਾਡੀ ਨਸਲਾਂ ਦੀ ਲੜਾਈ ਲੜ ਰਹੇ ਹਾਂ। ਸਰ੍ਹੋਂ ਦੇ ਤੇਲ ਦਾ ਤੁਸੀਂ ਦੇਖਿਆ ਹੋਣਾ, ਹੁਣ ਪਿੱਛੇ ਜੇ ਸਾਰੀ ਸਰ੍ਹੋਂ ਜਿਹੜੀ ਹੈ ਅਡਾਨੀ ਨੇ ਖਰੀਦ ਕੇ, ਜਿਹੜਾ ਸਰ੍ਹੋਂ ਦਾ ਤੇਲ ਪਹਿਲਾਂ 124 ਰੁਪਏ ਬੋਤਲ ਸੀ, 240 ਰੁਪਏ ਕਰਕੇ ਤੁਹਾਨੂੰ ਵੇਚਿਆ। ਜਿਹੜੀ ਸਰਕਾਰ ਰੈਮਡੀਸਿਵਰ ਇੰਜੈਕਸ਼ਨ ਦੀ, ਆਕਸੀਜਨ ਦੀ ਕਾਲਾਬਾਜ਼ਾਰੀ ਨਹੀਂ ਰੋਕ ਸਕੀ, ਤੁਸੀਂ ਕੀ ਉਮੀਦ ਕਰਦੇ ਹੋ ਕਿ ਉਹ ਰਾਸ਼ਨ ਦੀ ਕਾਲਾਬਾਜ਼ਾਰੀ ਰੋਕ ਲਏਗੀ? ਜਿਹੜਾ ਅਸੈਂਸ਼ਲ ਕਮੋਡਿਟੀ ਐਕਟ ਤੀਜਾ ਕਾਨੂੰਨ ਇਹਨਾਂ ਨੇ ਬਣਾਇਆ, ਜ਼ਰੂਰੀ ਵਸਤਾਂ ਸੋਧ ਬਿੱਲ, ਉਹਦੇ 'ਚ ਇਹਨਾਂ ਨੇ ਕਾਲਾਬਾਜ਼ਾਰੀ ਦੀ ਖੁੱਲ੍ਹ ਦੇ ਦਿੱਤੀ। 1955 ਦਾ ਇੱਕ ਐਕਟ ਸੀ ਜਿਹਦੇ ਤਹਿਤ ਕਾਲਾਬਾਜ਼ਾਰੀ ਕਰਨ ਵਾਲੇ ਦੇ ਉੱਪਰ ਪਰਚਾ ਹੁੰਦਾ ਸੀ, ਇਹਨਾਂ ਨੇ 1955 ਵਾਲਾ ਐਕਟ ਖਤਮ ਕਰਕੇ ਅਸੈਂਸ਼ਲ ਕਮੋਡਿਟੀ ਐਕਟ ਦੇ ਵਿੱਚ ਇੱਕ ਨਵਾਂ ਪ੍ਰਾਵਧਾਨ ਕਰ ਦਿੱਤਾ, ਕੋਈ ਜਿੰਨੀ ਮਰਜ਼ੀ ਸਟੋਰੇਜ ਕਰ ਲਵੇ। ਇੱਕ ਗਰੀਬ ਕਿਸਾਨ ਜਿਹੜਾ ਆਪਣੇ ਚੁੰਦੇ ਹੋਏ ਛੱਪਰ ਨੂੰ ਪੱਕਾ ਲੈਂਟਰ ਨਹੀਂ ਪਾ ਸਕਦਾ, ਉਹ ਕਿੱਥੇ ਸਟੋਰ ਕਰੇਗਾ? ਸਟੋਰ ਕਿਹਨਾਂ ਨੇ ਕਰਨਾ? ਸਟੋਰ ਕਰਨਾ ਅਡਾਨੀਆਂ ਬਾਨੀਆਂ ਨੇ, ਜਿਨ੍ਹਾਂ ਦੇ ਕਈ ਕਈ ਮੀਟ੍ਰਿਕ ਟਨ ਦੇ ਜਿਹੜੇ ਆ ਸੈਲੋ ਸਟੋਰ ਕਾਨੂੰਨ ਬਣਾਉਣ ਤੋਂ ਪਹਿਲਾਂ ਹੀ ਬਣ ਚੁੱਕੇ ਸੀ, ਮਤਲਬ ਕਿ ਤਿਆਰੀਆਂ ਪਹਿਲਾਂ ਤੋਂ ਹੋ ਚੁੱਕੀਆਂ ਸੀ। ਵਰਿੰਦਰ ਤੋਮਰ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਾਨੂੰਨਾਂ 'ਚ ਲਿਖਿਆ,
ਹੋਇਆ ਕੀ ਹੋਇਆ, ਉਹ ਵਾਰ ਵਾਰ ਉੱਠ ਕੇ ਬਾਹਰ ਜਾ ਕੇ ਗੱਲ ਕਰਦਾ ਸੀ ਫੋਨ 'ਤੇ, ਫਿਰ ਅੱਗੇ ਦੱਸਦਾ ਸੀ। ਜੇ ਪੂਰੀਆਂ ਪਾਵਰਾਂ ਦਿੱਤੀਆਂ ਹੁੰਦੀਆਂ 11 ਦੌਰ ਦੀ ਮੀਟਿੰਗ ਦੇ ਵਿੱਚ ਇਹਦਾ ਕੋਈ ਨਾ ਕੋਈ ਹੱਲ ਹੋ ਜਾਂਦਾ। ਉਹਨਾਂ ਨੂੰ ਕੇਵਲ ਡੰਮੀ ਕੈਂਡੀਡੇਟ ਬਣਾ ਕੇ ਗੱਲਬਾਤ ਲਈ ਭੇਜਿਆ ਜਾਂਦਾ ਸੀ, ਉਹਨਾਂ ਦੇ ਕੋਲ ਕੋਈ ਪਾਵਰ ਨਹੀਂ ਸੀ ਗੱਲ ਕਰਨ ਦੀ, ਸਿਰਫ ਉਹ ਸਾਡੀ ਗੱਲ ਸੁਣਦੇ ਸੀ, ਪਿੱਛੇ ਜਾ ਕੇ ਫੋਨ 'ਤੇ ਗੱਲ ਕਰਦੇ ਸੀ, ਦੁਬਾਰੇ ਫਿਰ ਸਾਡੇ ਨਾਲ ਆ ਕੇ ਗੱਲ ਕਰਦੇ ਸੀ, ਇਹ ਨਹੀਂ ਹੋਏਗਾ ਅੱਗੇ ਬਤਾਓ, ਇਹ ਨਹੀਂ ਹੋਏਗਾ ਅੱਗੇ ਬਤਾਓ। ਅਸੀਂ ਕਹਿੰਦੇ ਹਾਂ ਸੋਧਾਂ ਸੁਧਾਂ ਨਹੀਂ ਮਨਜ਼ੂਰ, ਤਿੰਨੇ ਕਾਨੂੰਨ ਚੱਕਣਾ ਠੀਕ ਹੈ। ਸਰ ਇੱਕ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਰਿਹਾ ਤੁਹਾਡੇ ਸਾਰਿਆਂ ਦੇ ਚੈਨਲਾਂ ਦੇ ਮਾਧਿਅਮ ਰਾਹੀਂ ਕਿ ਜੇ ਖੇਤੀ ਦੀ ਗੱਲ ਕਰ ਲਈਏ ਨਾ, ਖੇਤੀ ਕੋਈ ਇਹ ਤੋਂ ਪਹਿਲਾਂ ਵੀ ਬਹੁਤਾ ਲਾਹੇਵੰਦ ਧੰਦਾ ਨਹੀਂ ਸੀ ਸਾਡੇ ਲਈ, ਪਹਿਲਾਂ ਵੀ ਕੋਈ ਸਾਡੇ ਲਈ ਕੋਈ ਬਹੁਤਾ ਲਾਹੇਵੰਦ ਧੰਦਾ ਨਹੀਂ ਸੀ ਖੇਤੀ, ਪਰ ਅਸੀਂ ਫਿਰ ਵੀ ਖੇਤਾਂ ਦੇ ਰਾਜੇ ਹਾਂ, ਖੇਤਾਂ ਦੇ ਪੋਤਾ, ਜ਼ਮੀਨ ਸਾਡੀ ਮਾਵਾਂ ਵਰਗੀ ਹੈ, ਅਸੀਂ ਆਪਣੀ ਮਾਂ ਨੂੰ ਵੇਚਣਾ ਨਹੀਂ ਚਾਹੁੰਦੇ, ਅਸੀਂ ਕਾਰਪੋਰੇਟਾਂ ਦੀ ਹੱਥਾਂ 'ਚ ਨਹੀਂ ਜਾਣਾ ਚਾਹੁੰਦੇ, ਅਸੀਂ ਆਪਣੇ ਆਪ ਨੂੰ ਬੰਧੂਆ ਮਜ਼ਦੂਰ ਨਹੀਂ ਬਣਨ ਦੇਣਾ ਚਾਹੁੰਦੇ, ਇਸ ਕਰਕੇ ਅਸੀਂ ਲੜ ਰਹੇ ਹਾਂ। ਜਿਹਨਾਂ ਦੀਆਂ ਫੋਟੋਆਂ ਲਾਈਆਂ ਹੋਣਗੀਆਂ ਮੇਰਾ ਵੀਰ, ਬਾਅਦ ਦੇ ਵਿੱਚ ਉਹਨਾਂ ਦਾ ਸਰਚ ਕਰਕੇ ਦੇਖ ਲਈ, ਕੋਈ RSS ਦਾ ਹੋਏਗਾ, ਕੋਈ ਇਹਨਾਂ ਦੇ ਕਿਸੇ ਸ਼ਾਖਾ ਦਾ ਹੋਏਗਾ, ਕਿਸੇ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨਾਲ ਜੁੜਿਆ ਹੋਏਗਾ। ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਸਾਜ਼ਿਸ਼ਾਂ ਨੇ ਇਹਨਾਂ ਦੀਆਂ, ਇਹ ਲੋਕਾਂ ਨੂੰ ਗੁੰਮਰਾਹ ਕਰਿਆ ਜਾਂਦਾ। ਮੈਂ ਦੱਸਦਾ ਤੁਹਾਨੂੰ, ਇਹਨਾਂ ਨੇ 225 ਦਿਨ ਦੀ ਉਪਲਬਧੀਆਂ, ਇਹਨਾਂ ਨੇ ਲੋਕਾਂ ਨੂੰ ਬੇਰੁਜ਼ਗਾਰ ਕੀਤਾ 225 ਦਿਨਾਂ ਦੇ ਵਿੱਚ, ਲੋਕਾਂ ਨੂੰ 2500 ਦਿਨਾਂ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਬੇਰੁਜ਼ਗਾਰ ਕੀਤਾ, ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਕਰਾਇਆ, ਲੋਕਾਂ ਨੂੰ ਇਹਨਾਂ ਦੀਆਂ ਲੋਕਾਂ ਦੀਆਂ ਰੁਜ਼ਗਾਰ ਖੋਏ ਹੈ। ਲੋਕਾਂ ਦਾ ਤੁਸੀਂ ਦੇਖੋ, ਅੱਜ ਜੇ ਕੋਈ ਛੋਟਾ ਮੋਟਾ ਕਾਰੋਬਾਰ ਕਰਦਾ ਸੀ ਉਹ ਆਪਣਾ ਗੁਜ਼ਾਰਾ ਦਾ ਕਰਦਾ ਸੀ, ਅੱਜ ਲਘੂ ਉਦਯੋਗ ਵਾਲਾ ਹਰ ਕੋਈ ਬੰਦਾ ਖਤਮ ਹੋ ਗਿਆ, ਕਿਉਂਕਿ ਹਰ ਦੂਜੇ ਦਿਨ ਇੱਕ ਪਾਸੇ ਕਹਿੰਦੇ ਆ ਲੋਕਡਾਊਨ ਹੈ, ਇੱਕ ਪਾਸੇ ਕਹਿ ਦਿੰਦੇ ਆ ਕਿ ਤੀਜੀ ਵੇਵ ਆਉਣ ਵਾਲੀ ਹੈ। ਤੀਜੀ ਵੇਵ ਦੇ ਲਈ ਆਹ ਤਿਆਰੀਆਂ ਹੋ ਰਹੀਆਂ ਇਹਨਾਂ ਦੀਆਂ ਕਿ ਲੋਕ ਸੜਕਾਂ 'ਤੇ ਵਿਲਕਦੇ ਰਹਿਣ, ਲੋਕ ਸੜਕਾਂ 'ਤੇ ਰੁੜਦੇ ਰਹਿਣ, ਇਹਨਾਂ ਨੂੰ ਸਾਡੇ 'ਤੇ ਕੋਈ ਪਰਵਾਹ ਨਹੀਂ, ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ, ਵੀ ਆਰ ਦਾ ਪੀਪਲ ਆਫ ਇੰਡੀਆ, ਅਸੀਂ ਵੀ ਇਸ ਦੇਸ਼ ਦੇ ਨਾਗਰਿਕ ਹਾਂ, ਸਾਨੂੰ ਦੇਸ਼ ਦੇ ਨਾਗਰਿਕ ਮੰਨਿਆ ਹੀ ਨਹੀਂ ਜਾ ਰਿਹਾ, ਇਸੇ ਕਰਕੇ ਤਾਂ ਸਾਡੇ ਮੂਹਰੇ ਬੈਰੀਕੇਡ ਲਾਏ ਹੋਏ ਨੇ। ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਇਹਨਾਂ ਦੀ ਬੁਖਲਾਹਟ ਹੈ, ਇਹ ਕਿਸਾਨਾਂ ਦਾ ਡਰ ਨਹੀਂ, ਕਿਸਾਨ ਦਾ ਕਿਸ ਚੀਜ਼ ਦਾ ਡਰ ਹੈ ਯਾਰ? ਅਸੀਂ ਸਾਡਾ ਸੰਕੇਤਕ ਧਰਨਾ ਜਿੱਥੇ ਤੱਕ ਸਾਨੂੰ ਜਾਣ ਦਿੱਤਾ ਜਾਏਗਾ ਅਸੀਂ ਜਾਵਾਂਗੇ, ਜਿੱਥੇ ਤੱਕ ਵੀ ਵਧਿਆ ਜਾਏਗਾ। ਸਰ ਇੱਕ ਬੜਾ ਵੱਡਾ ਮੁੱਦਾ ਹੈ ਵੀ ਐਮੀ ਵਿਰਕ ਨੂੰ ਲੈ ਜਿਹੜੀ ਫਿਲਮ ਆਈ ਉਹਨੂੰ ਲੈ ਕੇ ਪਹਿਲਾਂ ਵਿਦਰੋਹ ਕੀਤਾ ਜਾਂਦਾ, ਲੇਕਿਨ ਕੱਲ੍ਹ ਕਿਸਾਨ ਮੋਰਚੇ ਵੱਲੋਂ ਹੀ ਉੱਥੋਂ ਨੂੰ ਸਨਮਾਨਿਤ ਕੀਤਾ ਜਾਂਦਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਐਮੀ ਵਿਰਕ ਸਾਡਾ ਭਰਾ ਹੈ, ਮੈਂ ਇਹ ਗੱਲ ਤੁਹਾਨੂੰ ਦੱਸਦੇ ਹਾਂ, ਕੁਝ ਸ਼ਰਾਰਤੀ ਆਂਸਰਾਂ ਨੇ ਜਾਣ ਬੁੱਝ ਕੇ ਨੌਜਵਾਨਾਂ ਦੇ ਵਿੱਚ ਫੁੱਟ ਪਾਉਣ ਦੇ ਲਈ ਇੱਦਾਂ ਦੀ ਗੱਲ ਕੀਤੀ ਕਿ ਕਾਲੇ ਕਾਨੂੰਨ ਆਉਣ ਤੋਂ ਪਹਿਲਾਂ ਬਾਕੀ ਦੇ ਲੋਕ ਅਡਾਨੀ ਅਬਾਨੀਆਂ ਦੇ ਸਮਾਨ ਨਹੀਂ ਸੀ ਖਰੀਦਦੇ, ਕੀ ਲੋਕ ਅਡਾਨੀ ਅਬਾਨੀਆਂ ਦੇ ਗੁਡਾਨਾਂ 'ਚ ਜਾਂ ਅਡਾਨੀ ਅਬਾਨੀਆਂ ਦੇ ਮੌਲਾਂ 'ਚ ਨਹੀਂ ਸੀ ਜਾਂਦੇ? ਸਾਡੀ ਲੜਾਈ ਜਿਹੜੀ ਅੱਜ ਦੇ ਸਿਸਟਮ ਦੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਹੈ। ਸਾਡੇ ਉਸ ਭਰਾ ਦੀ ਜਿਹੜੀ ਫਿਲਮ ਸੀ ਉਹ ਇਹਨਾਂ ਕਾਲੇ ਕਾਨੂੰਨਾਂ ਦੇ ਆਉਣ ਤੋਂ ਪਹਿਲਾਂ ਦੀ ਬਣੀ ਹੋਈ ਹੈ, ਰਿਲੀਜ਼ ਸਾਈਨ ਵੀ ਹੋਈ ਹੋਈ ਹੈ। ਸਾਈਨ ਹੋਣ ਤੋਂ ਬਾਅਦ ਜਦੋਂ ਕਿਸੇ ਵੀ ਆਪਾਂ ਕਿਸੇ ਨਾਲ ਕੰਟਰੈਕਟ ਸਾਈਨ ਕਰ ਲਏ, ਤੁਸੀਂ ਪੜ੍ਹੇ ਲਿਖੇ ਖੜ੍ਹੇ ਹੋ, ਉਦੋਂ ਆਪਾਂ ਬਾਉਂਡ ਹੋ ਜਾਂਦੇ ਹਾਂ ਕਿਸੇ ਨਾਲ ਬੰਧਿਤ। ਅਸੀਂ ਹੁਣ ਕਿਉਂ ਨਹੀਂ ਕੰਟਰੈਕਟ ਫਾਰਮਿੰਗ ਲਈ ਮੰਨ ਰਹੇ? ਇਹਨਾਂ ਨੇ ਜਿਹੜਾ ਦੂਜਾ ਕਾਨੂੰਨ ਕੰਟਰੈਕਟ ਫਾਰਮਿੰਗ ਦਾ ਬਣਾਇਆ ਹੋਇਆ, ਅਸੀਂ ਇਸੇ ਕਰਕੇ ਨਹੀਂ ਮੰਨ ਰਹੇ। ਹੁਣ ਮੈਂ ਆਪਣੇ ਖੇਤ ਦਾ ਮਾਲਕ ਹਾਂ, ਮੈਨੂੰ ਪਤਾ ਮੈਂ ਆਪਣੇ ਖੇਤ ਦੇ ਵਿੱਚ ਕਿੱਥੇ ਆਲੂ ਲਾਉਣਾ, ਕਿੱਥੇ ਧਨੀਆ ਲਾਉਣਾ, ਕਿੱਥੇ ਮੈਂ ਮਿਰਚਾਂ ਲਾਉਣੀਆਂ, ਫਿਰ ਮੈਂ ਬੰਧੂਆ ਮਜ਼ਦੂਰ ਬਣ ਜਾਵਾਂਗਾ। ਫਿਰ ਮੈਨੂੰ ਜਿਹੜੀ ਹੈ ਜੋ ਕਾਰਪੋਰੇਟ ਕਹੇਗਾ ਮੈਨੂੰ ਉਹੀ ਓ ਬੀਜਣਾ ਪੈਣਾ। ਫਿਰ ਉਹਨਾਂ ਨੇ ਪੈਰਾਮੀਟਰ ਸੈੱਟ ਕਰ ਦੇਣੇ ਕਿ ਆਲੂ ਦਾ ਸਹਿਜ ਜਿਹੜਾ ਐਡਾ ਮੋਟਾ ਹੋਣਾ ਚਾਹੀਦਾ, ਤੁਹਾਡੀ ਜਿਹੜੀ ਕਣਕ ਦੇ ਵਿੱਚ ਜਾਂ ਜੀਰੀ ਦੇ ਵਿੱਚ ਤੁਹਾਡਾ ਮੋਇਸਚਰ ਲੈਵਲ ਜਿਹੜਾ ਇੰਨਾ ਹੋਣਾ ਚਾਹੀਦਾ। ਇਹ ਕੁਦਰਤੀ ਚੀਜ਼ਾਂ ਨੇ, ਇਹ ਪਰਮਾਤਮਾ ਨੇ ਧਰਤੀ ਦੇ ਵਿੱਚ ਪੈਦਾ ਕਰਨੀਆਂ ਨੇ, ਅਤੇ ਉਹ ਅਸੀਂ ਉਹਦੇ ਲਈ ਸਿਰਫ ਮਿਹਨਤ ਕਰਨੀ ਹੈ, ਅਤੇ ਸਾਡੀ ਮਿਹਨਤ ਦਾ ਜਦੋਂ ਮੁੱਲ ਲੈਣ ਦੀ ਵਾਰੀ ਆਉਣੀ ਉਦੋਂ ਵੀ ਇਹਨੇ ਕੰਟਰੈਕਟਾਂ ਦੇ ਵਿੱਚ ਆਪਣੀਆਂ ਜਿਹੜੀ ਚੋਰ ਮੋਰੀਆਂ ਰੱਖ ਕੇ ਸਾਡਾ ਮੁੱਲ ਜਿਹੜਾ ਗੇਰ ਕੇ ਸਾਨੂੰ ਉਦੋਂ ਵੀ ਤੰਗ ਕਰਨਾ, ਉਦੋਂ ਵੀ ਸਾਨੂੰ
ਹੈ।